उस कोठी के अगे खड़ा क्या दे आ जाओ। अच्छा वाह वाह। उन्होंने फिर सलूट मारिया तुसी। हां ट्रक तो ਤੁਹਾਨੂੰ ਕਿਦਾਂ ਪਤਾ ਚੱਲਿਆ ਕਹਿ ਰਿਹਾ ਆਜ਼ਮ ਖੜਾ ਸਾਹਮਣੇ ਖੜਾ ਸੀ। ਅੱਛਾ ਹਾਂ ਅੱਛਾ ਅੱਛਾ ਉਹਨੇ ਵੀ ਸਲੂਟ ਮਾਰਿਆ ਤੁਸੀਂ ਵੇਖਿਆ ਕਹਿ ਰਿਹਾ ਆਜ਼ਮ। ਹਾਂ ਕਿੱਦਾਂ ਦੇ ਗੋਲੀ ਆ ਰਹੀ ਕਹਿ ਰਿਹਾ ਆਜ਼ਮ ਆ ਜਿੱਦਾਂ ਦੀ ਟੋਪੀ ਪਾਈ ਹੋਈ ਉਹ ਉਦਾਂ ਦਾ ਹੀ ਜਿੱਦਾਂ ਦੀ ਨੋਟ ਤੇ ਟੋਪੀ ਹੋਈ ਜਿੱਦਾਂ ਦੀ ਨੋਟ ਤੇ ਟੋਪੀ ਸਹੀ। ਹਾਂ ਉਹ ਰੰਗਾਂ ਉੱਤੇ ਵੀ ਚੜਦਾ ਹੈ ਥੱਲੇ ਵੀ ਵਿੱਚ ਵੀ ਉਹ ਰੇਲ ਦੇ ਨਾਲ ਚਿੰਬਲ ਗਈ ਦੁਨੀਆ ਮੁਰਦੇ ਛੱਡ ਗਈ ਹੈ ਉੱਥੇ ਬੜੇ ਬਟਾਂ ਬੇਵਾ ਲਾਸ਼ ਪਈ ਜਿਹੜੇ ਕੈਂਪ 'ਚ ਲਾਸ਼ ਪਈ ਸੀ ਬਿਮਾਰੀ ਨਾਲ ਮਰੇ ਸੀ ਲੋਕ ਆਈ ਨਾ ਮਰੇ ਹੋਣਗੇ ਜਾਂ ਬਿਮਾਰੀ ਨਾਲ ਮਰੇ ਹੋਣਗੇ ਤੇ ਸਾਡੇ ਹੁੰਦੇ ਗਏ ਚਰਖਾ ਕੋਈ ਲੈ ਗਈ ਮੰਜਾ ਕੋਈ ਲੈ ਗਈ ਸਭ ਕੁਛ ਪੁੱਛੇ ਕਰਦਾ ਭਾਂਡੇ ਭੁੰਡੇ ਸਭ ਕੁਛ ਲੈ ਗਾ। ਅੱਛਾ ਲੋਕੀ ਲੈ ਲੋ ਗਏ ਭਾਂਡੇ ਲੈ ਸਾਨੂੰ ਕੋਈ ਨਹੀਂ ਕੋਈ ਜ਼ਰੂਰਤ ਸੀ ਤੁਸੀਂ ਤਾਂ ਕਹਿੰਦੇ ਜਾਣਾ ਬਚਣ ਬਸ। ਹਾਂ ਅਸੀਂ ਉਹ ਬੋਰੀ ਇੱਕ ਭਰੀ ਭਾਂਡਿਆਂ ਦੀ ਤੇ ਉੱਤੇ ਰੱਖ ਲਈ ਤੇ ਰੱਖ ਲਈ। ਅੱਛਾ ਤੇ ਜਦੋਂ ਅਸੀਂ ਪਿੰਡੋਂ ਆਏ ਹਾਂ ਗੜੇ ਦੇ ਕੰਮ ਤੇ ਆਏ ਸੌਣੀ ਆਏ ਹਾਂ ਜਲੰਧਰ ਸੌਣੀ। ਅੱਛਾ ਇੱਕ ਪੈਂਚਰ ਸੀਗਾ। ਅੱਛਾ ਉਹ ਕਹਿਣ ਲੱਗਾ ਸਾਨੂੰ ਵੀ ਤੁਸੀਂ ਉੱਠਣਾ ਨਹੀਂ ਸਿੱਖ ਸੀਗਾ ਉਹ। ਅੱਛਾ ਉਹ ਮੇਰੇ ਭਰਾ ਨਾਲ ਪੜ੍ਹਦਾ ਹੁੰਦਾ ਸੀ ਕੈਂਚਲ ਰਾਜੇ ਨਾਲ। ਅੱਛਾ ਸਾਨੂੰ ਪੜ੍ਹਾਉਂਦਾ ਸੀ ਪਹਿਲਾਂ ਸੀ ਬਾਬੂ ਝੀਲ ਪਹਿਲੀ ਤੋਂ ਲੱਗਾ ਸਾਨੂੰ। ਅੱਛਾ ਫਿਰ ਇਹ ਕਿਹੜੇ ਪਿੰਡ ਦੇ ਬਾਬੂ ਜੀ ਮੈਨੂੰ ਹੀ ਪਤਾ ਕਰੇ ਸੀ ਉੱਥੇ ਦਾ ਹੀ ਸੀ। ਅੱਛਾ ਫਿਰ ਇੱਕ ਦਰਸ਼ਨ ਸਿੰਘ ਆ ਗਿਆ। ਅੱਛਾ ਉਹ ਸਾਨੂੰ ਚੌਥੀ ਚ ਪੜ੍ਹਾਉਂਦਾ ਸੀ। ਅੱਛਾ ਫਿਰ ਇੱਕ ਚਾਨਣ ਮਾਸਟਰ ਸੀ ਉਹ ਉਹ ਪੰਜਵੀਂ ਚ ਪੜ੍ਹਾਉਂਦਾ ਸੀ ਜਦੋਂ ਰੱਜੋ ਮੰਦਰ ਤੁਹਾਡੇ ਜਿਹੜੇ ਕਲਾਸ ਵਾਲੋ ਮੁੰਡੇ ਸੀ ਹਾਂ ਸਾਰੇ ਮੁਸਲਮਾਨ ਸੀ ਕਿ ਸਿੱਖ ਵੀ ਸੀ? ਉਹ ਸਿੱਖ ਵੀ ਸੀ ਇੱਕ ਮਾਧੋ ਹੁੰਦੀ ਗੜੀ ਦਾ ਉਹਦਾ ਭਰਾ ਜੋ ਵੀ ਉਹ ਪੜ੍ਹਦਾ ਹੁੰਦਾ ਸੀ ਸਾਡੇ ਨਾਲ। ਅੱਛਾ ਉਹ ਖੱਤਰੀਆਂ ਦੇ ਮੁੰਡੇ ਵੀ ਪੜ੍ਹਦੇ ਸੀ ਉਹਨਾਂ ਰਹਿਮਾਨ ਰਹੀਮ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਪ੍ਰਣਾਮ ਦੋਸਤੋ 1947 ਦੀ ਵੰਡ ਦੀ ਨਵੀਂ ਕਹਾਣੀ ਲੈ ਕੇ ਪਹੁੰਚੇ ਹਾਂ ਜੀ ਪਿੰਡ ਅੱਠ ਚੱਕ ਗਾਹਪੇ ਆਨੰਦਗੜ੍ਹ ਤਹਿਸੀਲ ਨਨਕਾਣਾ ਸਾਹਿਬ ਅਤੇ ਜ਼ਿਲ੍ਹਾ ਵੀ ਨਨਕਾਣਾ ਸਾਹਿਬ। ਅੱਜ ਸਾਡੇ ਕੋਲ ਜਿਹੜੇ ਬਜ਼ੁਰਗ ਮੌਜੂਦ ਨੇ ਅੱਠ ਚੱਕ ਦੇ ਰਹਿਣ ਵਾਲੇ ਨੇ ਉਹ ਅੱਠ ਚੱਕ ਦੇ ਲਾਗੇ ਛਾਗੇ ਵਸੇ ਪਿੰਡ ਨੌ ਚੱਕ ਸੱਤ ਚੱਕ ਸੈਨੀਵਾਲ ਕਮਾਲਪੁਰ ਪੰਜ ਚੱਕ ਕਲਾਂ ਦਸ ਚੱਕ ਚਾਰ ਚੱਕ ਛੇ ਚੱਕ ਭੋਲਾ ਚੱਕ ਵਗੈਰਾ ਸ਼ਾਮਿਲ ਨੇ ਤੇ ਅੱਜ ਅਸੀਂ ਇਹਨਾਂ ਬਜ਼ੁਰਗਾਂ ਕੋਲੋਂ ਪੁੱਛਾਂਗੇ ਕਿ 47 ਵੇਲੇ ਕਿਹੜੇ ਕਿਹੜੇ ਹਾਲਾਤਾਂ 'ਚ ਗੁਜ਼ਰ ਕੇ ਪਾਕਿਸਤਾਨ ਤੱਕ ਪਹੁੰਚੇ ਸੀ ਔਰ 1947 ਨੂੰ ਇਹਨਾਂ ਨੇ ਕਿਹੜੀਆਂ ਕਿਹੜੀਆਂ ਪੀੜਾਂ ਆਪਣੇ ਸੀਨੇ 'ਤੇ ਹੰਢਾਈਆਂ ਔਰ ਕਿਹੜੀਆਂ ਕਿਹੜੀਆਂ ਤਕਲੀਫਾਂ ਝੱਲ ਕੇ ਪਾਕਿਸਤਾਨ ਤੱਕ ਪਹੁੰਚੇ ਆਓ ਫਿਰ ਬਜ਼ੁਰਗਾਂ ਕੋਲ ਕਹਾਣੀ ਸੁਣਦੇ ਹਾਂ 47 ਦੀ ਉਹ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ। ਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਨਾਮ ਬਜ਼ੁਰਗ ਆਪਣਾ? ਗੁਲਾਮ ਅਹਿਮਦ। ਗੁਲਾਮ ਅਹਿਮਦ ਤੇ ਤੁਹਾਡੇ ਬਾਬੇ ਦਾ ਨਾਂ ਦਾਦੇ ਬਾਪ ਤੁਹਾਡੇ ਦਾ ਨਾਂ? ਬਾਊ। ਬਾਊ ਤੇ ਦਾਦੇ ਦਾ ਨਾਂ? ਖੰਡਾ। ਖੰਡਾ ਅੱਛਾ 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 ਤੇ ਜਦੋਂ ਵੰਡ ਹੋਈ ਸੀ ਜਦੋਂ ਪਾਕਿਸਤਾਨ ਬਣਿਆ ਕਿਹੜੇ ਪਿੰਡੋਂ ਆਏ ਸੀ? ਅਸੀਂ ਆਏ ਸੀਗੇ ਬਾਬਕ। ਬਾਬਕ? ਹਾਂ ਬਾਬਕ ਪਿੰਡ ਸੀ। ਹਾਂ ਤਹਿਸੀਲ ਕਿਹੜੀ ਸੀ? ਦਸੂਆ। ਤਹਿਸੀਲ ਦਸੂਆ ਤੇ ਜ਼ਿਲ੍ਹਾ? ਹੁਸ਼ਿਆਰਪੁਰ। ਜਿਹੜਾ ਬਾਬਕ ਪਿੰਡ ਸੀ ਉਹਦੇ ਲਾਗੇ ਲਾਗੇ ਪਿੰਡ ਕਿਹੜੇ ਸੀ? ਨੰਗਾ। ਅੱਛਾ ਘੋੜਾਵਾ। ਅੱਛਾ ਇਧਰ ਨੂੰ ਸੀ ਕਧਾਰਾ। ਕਧਾਰਾ ਦਰਿਆ। ਦਰਿਆ ਇਧਰ ਨੂੰ ਸੀ ਨੈਣੋਵਾਲ। ਨੈਣੋਵਾਲ ਸਾਤੋਂ ਚੜ੍ਹਦੇ ਪਾਸੇ ਨੈਣੋਵਾਲ ਤੇ ਜਿਹੜਾ ਸਰਾਈ ਸੀ ਸਾਡਾ ਉਹ ਕਿੱਥੇ? ਕਿਸੇ ਉਹ ਸੀਗਾ ਸਾਤੋਂ
ਹੋਰ ਸੀਗਾ ਕੁਤਬ ਦੀ ਬਾਈ ਨੂੰ ਕੁਤਬ ਦੀ ਬਾਈ ਨੂੰ ਕਿੰਨੀ ਦੂਰ ਸੀ ਸਰਾਈ ਤੁਹਾਡੇ ਤੋਂ ਡੇਢ ਮੀਲ ਹੋਊਗਾ ਡੇਢ ਮੀਲ ਲਾਗੇ ਸੀ ਸਰਾਈ ਸਟਾਲਾ ਵੀ ਆਵੇ ਲਾਗੇ ਸਿਗਾ ਉਹ ਮੈਂ ਨੀ ਦੇਖਿਆ ਅੱਛਾ ਸਟਾਲਾ ਸਿਗਾ ਪੈਨ ਸੁਣਿਆ ਅੱਛਾ ਸਟਾਲਾ ਜਿਹੜਾ ਪਿੰਡ ਸੀ ਆਪਣਾ ਉੱਥੇ ਸਾਰੇ ਸਿੱਖ ਸੀਗੇ ਮੁਸਲਮਾਨ ਵੀ ਸੀਗੇ ਸਿੱਖ ਕਿਹੜੇ ਕੋਲ ਰਹਿੰਦੇ ਮੁਸਲਮਾਨ ਵੀ ਸੀਗੇ ਸੁੱਖਾਂ ਦਾ ਤਾਂ ਮੈਂ ਨਾਂ ਲੈ ਨੀ ਪਤਾ ਵੈਸਾਈ ਪੁੱਛਿਆ ਦਾ ਅੱਛਾ ਬੱਚਾ ਸੀ ਇੱਕੋ ਮਹਿਲਾ ਪੜ੍ਹਦਾ ਹੁੰਦਾ ਅੱਛਾ ਉਹ ਪਤਾ ਨੀ ਹੁਣ ਮਰ ਗਿਆ ਤਾਂ ਹੈਗਾ ਕੀ ਨਾਂ ਸੀ ਉਹਦਾ ਸੰਤੋਸ਼ ਸੰਤੋਸ਼ ਹਿੰਦੂ ਸੀਗਾ ਸਿੱਖ ਸੀ ਅੱਛਾ ਸੰਤੋਸ਼ ਸਿੰਘ ਅੱਛਾ ਉਹ ਤੁਹਾਡੇ ਪਿੰਡ ਦਾ ਸੀ ਪਿੰਡ ਦਾ ਹੀ ਸੀ ਬਖਸ਼ੀ ਮੁਸਲਮਾਨ ਸੀ ਸਿੱਖ ਬਖਸ਼ੀ ਸਿੰਘ ਅੱਛਾ ਅੱਛਾ ਸਿੰਘ ਨਹੀਂ ਸੀਗਾ ਬਖਸ਼ੀ ਸਾਡੇ ਸੀ ਮੁੰਡਾ ਹੀ ਸੀ ਹਾਲੇ ਅੱਛਾ ਅੱਛਾ ਮੰਗਲ ਜਵਾਨ ਚੰਗਾ ਸੀਗਾ ਅੱਛਾ ਲੰਬੜਦਾਰ ਸੀ ਪਿੰਡ ਚ ਮੁਸਲਮਾਨਾਂ ਦੇ ਘਰ ਕਿੰਨੇ ਸੀ ਤੁਹਾਡੇ ਸਾਡੇ ਪਿੰਡ ਵਿੱਚ ਸੱਤ ਘਰ ਭਰਾਈਆਂ ਦੇ ਅੱਛਾ ਛੋਟਾ ਹੀ ਸੀ ਪਿੰਡ ਛੋਟਾ ਹੀ ਪਿੰਡ ਸੱਤ ਘਰ ਜਲਾਇਆਂ ਦੇ ਦੋ ਘਰ ਸਾਡੇ ਸੀ ਅੱਛਾ ਭਰਾਈਆਂ ਦੇ ਸ਼ੇਖਾਂ ਦੇ ਅੱਛਾ ਮੁਸਲਮਾਨ ਘੱਟ ਹੀ ਸੀਗੇ ਰਹਿੰਦੇ ਤੇ ਘੁਮਾਰ ਸੀਗੇ ਸੱਤ ਅੱਠ ਘਰ ਸਿੱਖਾਂ ਦੇ ਨਾਂ ਚੇਤੇ ਕਿਹੜੇ ਕਿਹੜੇ ਰਹਿੰਦੇ ਸੀ ਪਿੰਡ ਸਿੱਖਾਂ ਦਾ ਨੇ ਐਡਾ ਸਿੱਖ ਤਾਂ ਰਹਿੰਦੇ ਹੁੰਦੇ ਸੀ ਤੇ ਘੋੜਾ ਬਾਬ ਰਾਜਪੂਤਾਂ ਦਾ ਸੀ ਉੱਥੇ ਵੀ ਸਿੱਖ ਸੀਗੇ ਤੇ ਜਿਹੜਾ ਉਹ ਉੱਥੇ ਸਕੂਲ ਸੀ ਸਾਡਾ ਛੇਵੀਂ ਤਾਈਂ ਅੱਛਾ ਘੋੜੇ ਵਾ ਸਕੂਲ ਸੀ ਤੁਹਾਡਾ ਛੇਵੀਂ ਤਾਈਂ ਹਾਂਜੀ ਘੋੜੇ ਵਾ ਪੜ੍ਹਨ ਜਾਂਦੇ ਰਹੇ ਹਾਂ ਹੋਰ ਕਿੰਨਵੀਂ ਤੱਕ ਮੈਂ ਪੰਜਵੀਂ ਚ ਸੀ ਉਦੋਂ ਜਦੋਂ ਪਾਕਿਸਤਾਨ ਬਣਿਆ ਜਦੋਂ ਪਾਕਿਸਤਾਨ ਵਾਹ ਬਾਬਾ ਤੁਸੀਂ ਤਾਂ ਬਜ਼ੁਰਗ ਪੜ੍ਹਦੇ ਰਹੇ ਹੈ ਤੇ ਕਿਹੜਾ ਮਾਸਟਰ ਪੜ੍ਹਾਉਂਦਾ ਸੀ ਤੁਹਾਨੂੰ ਉਦੋਂ ਸਾਨੂੰ ਪੜ੍ਹਾਉਂਦਾ ਸੀ ਪਹਿਲਾਂ ਸੀ ਬਾਬੂ ਝੀਰ ਪਹਿਲੀ ਚ ਲੱਗਾ ਸਾਨੂੰ ਅੱਛਾ ਫਿਰ ਇਹ ਕਿਹੜੇ ਪਿੰਡ ਦੇ ਬਾਬੂ ਝੀਰ ਮੈਨੂੰ ਵੀ ਪਤਾ ਕਰੇ ਉੱਥੇ ਗਈ ਸੀ ਅੱਛਾ ਫਿਰ ਇੱਕ ਦਰਸ਼ਨ ਸਿੰਘ ਆ ਗਿਆ ਅੱਛਾ ਉਹ ਸਾਨੂੰ ਚੌਥੀ ਚ ਪੜ੍ਹਾਉਂਦਾ ਸੀ ਅੱਛਾ ਫਿਰ ਇੱਕ ਚਾਨਣ ਮਾਸਟਰ ਸੀ ਉਹ ਪੰਜਵੀਂ ਚ ਪੜ੍ਹਾਉਂਦਾ ਸੀ ਜਦੋਂ ਰੱਦੋ ਬਦਲ ਹੋ ਗਿਆ ਉਹ ਸਿੱਖ ਸੀ ਚਾਨਣ ਸਿੰਘ ਸਹੀ ਉਹ ਚਾਨਣ ਸਿੰਘ ਦਾ ਪਤਾ ਕਿਹੜੇ ਪਿੰਡ ਦਾ ਸੀ ਥੋੜਾ ਉੱਥੇ ਜ਼ਿਹਨ ਦੜਾਓ ਨਾ ਉੱਥੇ ਉੱਥੇ ਚਲੇ ਜਾਓ ਦੋ ਘੰਟੇ ਕੁ ਬਾਅਦ ਸਾਡੇ ਪਿੰਡ ਦਾ ਲਾ ਲਾ ਅੱਛਾ ਤੁਹਾਡੇ ਪਿੰਡ ਦੇ ਲਾ ਲਾ ਅੱਛਾ ਤੁਹਾਡੇ ਜਿਹੜੇ ਕਲਾਸ ਵਾਲੇ ਮੁੰਡੇ ਸੀ ਉਹ ਸਾਰੇ ਮੁਸਲਮਾਨ ਸੀ ਕਿ ਸਿੱਖ ਵੀ ਸੀ ਉਹ ਸਿੱਖ ਵੀ ਸੀ ਇੱਕ ਮਾਧੋ ਹੁੰਦੀ ਗੜੀ ਦਾ ਉਹਦਾ ਭਰਾ ਜੋਗੀ ਉਹ ਪੜ੍ਹਦਾ ਹੁੰਦਾ ਸਾਡੇ ਨਾਲ ਅੱਛਾ ਉਹ ਖੱਤਰੀਆਂ ਦੇ ਮੁੰਡੇ ਵੀ ਪੜ੍ਹਦੇ ਸੀ ਉਹਨਾਂ ਦੇ ਮੈਨੂੰ ਨਾਂ ਨੇ ਹੁਣ ਯਾਦ ਜਿਹਨਾਂ ਦੇ ਯਾਦ ਉਹ ਦੱਸੀ ਜਾਓ ਮਾਧੋ ਸੀ ਹੋਰ ਕੌਣ ਸੀ ਮਾਧੋ ਦਾ ਭਰਾ ਜੋਗੀ ਉਹ ਪੜ੍ਹਦਾ ਹੁੰਦਾ ਸੀ ਸਾਡੇ ਨਾਲ ਅੱਛਾ ਅੱਛਾ ਤੇ ਇਹ ਮਾਧੋ ਹੁਣੀ ਕਿਹੜੇ ਪਿੰਡ ਦੇ ਸੀ ਗੜੀ ਦੇ ਮੈਂ ਤੁਹਾਨੂੰ ਯਾਦ ਆ ਕਾਫੀ ਕੁਛ ਜਿਹੜਾ ਪਿੰਡ ਸੀ ਤੁਹਾਡਾ ਪਿੰਡ ਚ ਘਰ ਕਿੱਥੇ ਕਿਸੇ ਦਾ ਸ਼ਮਾਲ ਚ ਅੱਛਾ ਸ਼ਮਾਲ ਵਾਲੇ ਪਾਸੇ ਤੇ ਘਰ ਅੱਗੇ ਕੀ ਨਿਸ਼ਾਨੀ ਜੇ ਕੋਈ ਅੱਜ ਤੱਕ ਦੋ ਬੇਰੀਆਂ ਅੱਛਾ ਦੋ ਬੇਰੀਆਂ ਸਹੀ ਤੇ ਆਹ ਮਾਧੋ ਸੀ ਜਾਂ ਦੂਜਾ ਤੇਰਾ ਯਾਰ ਨਾਂ ਲਿਆ ਵਾ ਜੋਗੀ ਉਹ ਮਾਧੋ ਦਾ ਭਰਾ ਸੀ ਅੱਛਾ ਇਹ ਕਦੀ ਯਾਦ ਆਇਆ ਦੁਬਾਰਾ ਮਾਧੋ ਤੇ ਜੋਗੀ ਕਦੀ ਬਚਪਨ ਦੇ ਵੀ ਤੁਹਾਡੇ ਦੋਸਤ ਉਹ ਪੜ੍ਹਦਾ ਹੀ ਸੀ ਪੜ੍ਹਦਾ ਸੀ ਉਹ ਸਾਡੇ ਨਾਲ ਤਾਂ ਜਵਾਨ ਸੀ ਪਹਿਲਾਂ ਵੀ ਜਵਾਨ ਸੀ ਉਹਦੇ ਮੁੜ ਜਾਂਦੀ ਆਈ ਸੀ ਅੱਛਾ ਅੱਛਾ ਉਹ ਪੜ੍ਹਦਾ ਹੀ ਚੌਥੀ ਚ ਅੱਛਾ ਅੱਛਾ ਉਦੋਂ ਬੱਚੇ ਜਵਾਨ ਤਗੜੇ ਬੰਦੇ ਪੜ੍ਹਦੇ ਸੀ ਹੁਣ ਤਾਂ ਨਿੱਕੇ ਨਿੱਕੇ ਨਿਆਣੇ ਚੌਥੀ ਚਲ ਜਾਂਦੇ ਆ ਸੱਤਾਂ ਸਾਲਾਂ ਦਾ ਪੜ੍ਹਨਾ ਹੋਵੇ ਤਾਂ ਪਹਿਲੀ ਚ ਪਾਉਂਦੇ ਹੁੰਦੇ ਸੀ ਸਹੀ ਸਹੀ ਤੇ ਤੁਹਾਡੀ ਮਾਂ ਦਾ ਕੀ ਨਾਂ ਸੀ ਬਰਕਤੇ ਤੇ ਦਾਦੀ ਤੁਹਾਡੀ ਦਾ ਨਾਂ ਉਹ ਹੈ ਹੀ ਨੀ ਮੈਂ ਦੇਖੀ ਨੇ ਦਾਦੀ ਵੇਖੀ ਨੀ ਅੱਛਾ ਬਰਕਤੇ ਦਾ ਇਹ ਦਾਤ ਆਪਣੀ ਮਾਂ ਤੁਹਾਡੀ ਦਾ ਪਤਾ ਤੁਹਾਨੂੰ ਅੱਛਾ ਉਹ ਤੁਸੀਂ ਪਿੰਡ ਚ ਰਹਿੰਦੇ ਸੀ ਤੇ ਜਦੋਂ ਵੰਡ ਹੋਈ ਆ ਕਿੱਦਾਂ ਕਿੱਦਾਂ ਹੋਈ ਆ ਕੀ ਘਰੋਂ ਨਿਕਲੇ ਸਾਡੇ ਨਾ ਉਹ ਬੂਹੇ ਸਨ ਚੋ ਸਾਦੇ ਹੁੰਦੇ ਸੀ ਜਿੱਥੋਂ ਦੇ ਬਹਿਣ ਵਗਦੇ ਹੁੰਦੇ ਸੀ ਦਰਿਆ ਦੇ ਅੱਛਾ ਉਹ ਚੋ ਸਾਦੇ ਹੁੰਦੇ ਸੀ ਉਹ ਚੋ ਸਾਤੋਂ ਦੋ ਕਿੱਲੇ ਹਦਮਾ ਸੀ ਸਾਰਾ ਹੀ ਅੱਛਾ ਅੱਛਾ ਸ਼ਮਾਲ ਦੀ ਤਰਫ਼ ਤੇ ਉਹ ਪਾਣੀ ਆਉਣਾ ਹਰ
ਤੇ ਉਹ ਜਿਹੜਾ ਘੋੜਾ ਬਾਗ ਸੀ ਉਹਦੇ ਬੀਜ ਦੇ ਨਾਂ ਦਾ ਹੁੰਦਾ। ਅੱਛਾ, ਉਹ ਪਾਣੀ। ਅੱਛਾ, ਪਹਾੜਾਂ ਵੱਲੋਂ ਆਉਂਦੇ ਹੁੰਦੇ ਸੀ ਹੜ੍ਹ। ਬਸ ਕੋਈ ਦਰਬਾਰ ਆਇਆ ਸੀ ਪਿੰਡ ਚ ਆਪਣੇ ਇੱਥੇ ਲਾਗੇ ਛਾਗੇ ਜਿੱਥੇ ਮੇਲਾ ਲੱਗਦਾ ਹੋਵੇ, ਜਿੱਦਾਂ ਇੱਥੇ ਪੀਰ ਮਾਮਲੀ ਸ਼ਾਹ ਦਾ ਦਰਬਾਰ ਹੋ, ਸੀਕਰੀ ਮੇਲਾ ਲੱਗਦਾ ਹੁੰਦਾ ਜੀ ਦਰਬਾਰ ਨੇ, ਮੈਂ ਦੇਖਿਆ ਉਹ, ਮੈਂ ਕਿਹਾ ਕਿ ਮੈਂ ਝੂਠ ਬੋਲਾਂ, ਮੈਨੂੰ ਪਤਾ ਨੀ ਕਿ ਉਹ ਸੀਕਰੀ ਮੇਲਾ ਹੁੰਦਾ ਸੀ। ਸੀਕਰੀ ਮੇਲਾ ਹੁੰਦਾ, ਸਭ ਤੋਂ ਪਹਿਲਾਂ ਨਾਣੋ ਵਾਲ ਹੁੰਦਾ ਸੀ, ਉੱਥੇ ਕਸਾਈਆਂ ਦਾ ਜ਼ੋਰ ਸੀ। ਅੱਛਾ, ਕਸਾਈ ਤੇ ਥੋੜੇ ਜਿਹਾ ਘਰ ਸੀ ਰਾਜਪੂਤਾਂ, ਨੈਣੋ ਵਾਲ, ਨੈਣੋ ਵਾਲ, ਉੱਥੇ ਮੇਲਾ ਹੁੰਦਾ ਰਿਹਾ। ਨਹੀਂ, ਸੀਕਰੀ, ਸੀਕਰੀ ਹੁੰਦਾ। ਕੀ ਨਾਂ ਇਸ ਪੀਰ ਦਾ, ਯਾਦ ਆ? ਨਹੀਂ, ਪੀਰ ਦਾ ਨਾਂ ਨੀ ਯਾਦ। ਨਹੀਂ, ਸੀਕਰੀ ਦਾ ਮੇਲਾ। ਤੁਸੀਂ ਸਰਾਈ ਪਿੰਡ ਗਏ ਆਪਣੀ ਹੋਸ਼ ਉੱਥੇ? ਹਾਂ, ਲੰਘਿਆ ਮੈਂ ਉੱਥੋਂ ਜੀ। ਅੱਛਾ ਅੱਛਾ ਅੱਛਾ, ਤੇ ਜਿਹੜੇ ਆ ਸਾਡੇ ਬਾਬੇ ਸੀ ਨਜ਼ਰ ਹੋਣੀ, ਜਾਣਦੇ ਇਹਨਾਂ ਨੂੰ? ਇਹ ਉਦੋਂ ਕਿਹੜੇ ਕਿਹੜੇ ਸੀਗੇ? ਇਹ ਜਵਾਨ ਹੀ ਸੀਗੇ, ਬੱਲੋ ਤੇ ਮਹੰਦ। ਮਹੰਦ, ਹਾਂ। ਤੇ ਨਜ਼ਰ? ਨਜ਼ਰ ਇਹ ਸਾਡੇ ਹਾਣੀ ਸੀ। ਅੱਛਾ, ਹਾਂ। ਤੇ ਜਿਹੜਾ ਉਹ ਇੱਕ ਨੂਰਾ ਹੁੰਦਾ ਸੀ, ਨੂਰਾ ਇੱਥੇ ਆਣ ਕੇ ਮਰ ਗਿਆ। ਅੱਛਾ, ਉਹ ਜਵਾਨ ਸੀ, ਉਹ ਵੀ ਉਹ ਸਾਡਾ ਹਾਣੀ ਸੀ ਨੂਰਾ ਜਿਹੜਾ। ਹਾਂ, ਅੱਛਾ, ਉਹ ਵੀ 15 ਸਾਲ ਦਾ ਸੀ ਉਦੋਂ? 15 ਤੋਂ ਜ਼ਿਆਦਾ ਹੋਵੇਗਾ, ਚੰਗਾ ਚੱਲਦਾ ਸੀਗਾ। ਅੱਛਾ, ਘੋਲਦਾ ਵੀ ਸੀ ਨਾ ਕਹਿੰਦੇ? ਘੋਲਿਆ ਉਹ। ਸਹੀ, ਕਿੱਥੇ ਇੰਡੀਆ ਹੀ ਭੁੱਲੇ? ਕਿੱਥੇ? ਇੱਥੇ ਬੂਹੇ ਸਾਡੇ ਦੇ ਅੱਗੇ। ਅੱਛਾ ਅੱਛਾ, ਹਾਂ। ਅੱਛਾ, ਚੰਗਾ ਯੋਰ ਵਾਲਾ ਸੀ? ਹਾਂ ਜੀ, ਮੋਸਵਾਲੀ ਨਹੀਂ ਸੀ ਆਈ। ਠੀਕ, ਹਾਂ, ਉਹਦਾ ਚੰਗਾ ਨਰੋਆ ਸੀ। ਗਾਮਾ ਸੀ ਸਰਾਈ ਦਾ। ਅੱਛਾ ਅੱਛਾ, ਦੌਲੇ ਦਾ ਪੁੱਤ। ਅੱਛਾ, ਉਹ ਵੀ ਮਲਕ ਸੀ? ਹਾਂ। ਅੱਛਾ, ਉਹ ਉਹਨਾਂ ਘੁਰਿਆ ਸੀ, ਉਹ ਦੋ ਭਰਾ ਸੀ, ਮਖਤਾਰ ਤੇ ਗੁਲਾਮ ਉਮਰ। ਅੱਛਾ, ਹਾਂ, ਗੁਲਾਮ ਉਮਰ ਤਾਂ ਹਾਲੇ ਵੀ ਹੈਗਾ ਉੱਥੇ। ਕਿਹੜੀ ਜਗ੍ਹਾ? ਫੈਸਲਾਬਾਦ। ਅੱਛਾ, ਉਹ ਜਿੰਦਾ ਹਜੇ ਗੁਲਾਮ ਉਮਰ? ਹਾਂ। ਕਿਹੜੀ ਜਗ੍ਹਾ ਬੈਠਾ ਉਹ? ਬਾਵੇ ਚੱਕ। ਬਾਵੇ ਚੱਕ, ਹਾਂ। ਅੱਛਾ, ਉਹ ਸਰਾਈ ਦਾ ਗੁਲਾਮ ਉਮਰ? ਹਾਂ ਜੀ, ਹਾਂ ਜੀ। ਅੱਛਾ, ਉਹ ਜਿੰਦਾ, ਉਹਦੇ ਕੋਲ ਜਾਂਦੇ ਆ ਮਿਲ ਕੇ ਆਉਂਦੇ? ਮਿਲ ਕੇ ਆਈਦਾ ਹੁਣ, ਮੈਨੂੰ ਕਿੰਨਾ ਹੀ ਸਾਲ ਹੋ ਗਿਆ ਮਿਲੇ ਨੂੰ। ਤੁਸੀਂ ਇੰਜ ਕਰੋ, ਮੇਰੇ ਨਾਲ ਜਿਹੜਾ ਆਪਾਂ ਇਕੱਠੇ ਚੱਲਾਂਗੇ। ਅੱਛਾ, ਤੁਹਾਨੂੰ ਮੈਂ ਲੈ ਕੇ ਉਹਨੂੰ ਮੈਪ ਦੇ ਬਹਿ ਕੇ ਆਵਾਂ, ਗੱਪ ਸ਼ੱਪ ਕਰਾਂਗੇ ਉਹਦੇ ਨਾਲ। ਚੰਗਾ। ਤੇ ਜਿਹੜਾ ਬਾਵਕ ਪਿੰਡ, ਬਾਵਕ ਪਿੰਡ ਜਿਹੜਾ ਵਾ, ਉੱਥੇ ਕਦੀ ਯਾਦ ਆਈ ਪਿੰਡ ਦੀ ਦੁਬਾਰਾ? ਕਦੀ ਪਿੰਡ ਜਿੱਥੇ ਜੰਮੇ ਪਲੇ ਆ ਉਹ ਕਦੀ ਦੇਖਣ ਨੂੰ ਦਿਲ ਕੀਤਾ ਬਾਵਕ? ਨਹੀਂ। ਅੱਛਾ, ਥੋੜੀ ਹੁਣ ਕਹਾਣੀ ਸੁਣਾ ਦਿਓ, ਕਿੱਦਾਂ ਕਿੱਦਾਂ ਨਿਕਲੇ ਸੀ ਪਿੰਡੋਂ, ਕੀ ਹੋਇਆ ਸੀ? ਇੱਕ ਚੈਂਚਲ ਸੀਗਾ। ਅੱਛਾ, ਉਹ ਕਹਿਣ ਲੱਗਾ ਸਾਨੂੰ ਵੀ ਤੁਸੀਂ ਉੱਠਣਾ ਨਹੀਂ। ਸਿੱਖ ਸੀਗਾ ਉਹ। ਅੱਛਾ, ਉਹ ਮੇਰੇ ਭਰਾ ਨਾਲ ਪੜ੍ਹਦਾ ਹੁੰਦਾ ਸੀ ਚੈਂਚਲ ਸ਼ਾਦੀ ਨਾਲ। ਅੱਛਾ, ਉਹ ਨਾ ਭਰਾ ਬਣੇ ਸੀ। ਅੱਛਾ, ਉਹ ਕਹਿੰਦਾ ਵੀ ਟਰੱਕ ਆਉਂਦੇ ਆ ਫੌਜ ਦੇ, ਤੇ ਉਹ ਮੈਂ ਕਰਦਾ ਪਤਾ। ਅੱਛਾ, ਉਹਨੇ ਫਿਰ ਪਤਾ ਕੀਤਾ। ਪਤਾ ਕਰਕੇ ਤਾਂ ਉਹ ਕਹਿਣ ਲੱਗਾ ਵੀ ਸ਼ਾਦੀ ਨਾ ਮੇਰੀ ਕਮੀਜ਼ ਲਿਆਈ ਜਿਹੜੀ ਚੀਕਤੀ ਆ, ਉਹ ਕਮੀਜ਼ ਲੈ ਗਿਆ ਹਵੇਲੀ ਆਪਣੀ। ਉਹ ਤੋਂ ਫਿਰ ਉਹਨੂੰ ਫਿਰ ਦੱਸਿਆ ਤੇ ਆਪਾਂ ਆਪਣਾ ਸਮਾਨ ਬੰਨ ਲਓ। ਚੈਂਚਲ ਨੇ? ਚੈਂਚਲ ਨੇ ਤੇ ਬਈ ਤੈਰਾਕ ਆ ਰਿਹਾ ਤੁਹਾਡੇ ਵਾਸਤੇ। ਅੱਛਾ, ਤੈਰਾਕ ਜਿਸ ਵੇਲੇ ਉਹ ਚਲਾ ਗਿਆ ਹਵੇਲੀ ਤੋਂ, ਫਿਰ ਸਾਰੇ ਨੂੰ ਮੁੜ ਕੇ ਆਣ ਕੇ ਦੱਸਿਆ। ਤੁਹਾਡੇ ਭਰਾ ਨੇ ਦੱਸਿਆ? ਹਾਂ, ਦੱਸਿਆ। ਉਹ ਸਾਡੇ ਹੁੰਦੇ ਗਏ, ਚਰਖਾ ਕੋਈ ਲੈ ਗਈ, ਮੰਜਾ ਕੋਈ ਲੈ ਗਈ, ਸਭ ਕੁਛ ਜੋ ਕੁਛ ਕਰਦਾ, ਭਾਂਡੇ ਭੁੰਡੇ ਸਭ ਕੁਛ ਲੈ ਗਏ। ਅੱਛਾ, ਲੋਕੀ ਲੈ ਲੋ ਗਏ ਭਾਂਡੇ? ਲੈ ਲੋ ਗਏ, ਸਾਨੂੰ ਵੀ ਨੀ ਕੋਈ ਜ਼ਰੂਰਤ ਸੀ। ਤੁਸੀਂ ਤਾਂ ਕਹਿੰਦੇ ਜਾਨਾ ਬਚਣ ਬਸ। ਆਹੋ, ਅਸੀਂ ਉਹ ਬੋਰੀ ਇੱਕ ਭਰੀ ਭਾਂਡਿਆਂ ਦੀ, ਉੱਤੇ ਰੱਖ ਲਈ ਤਰੱਕ ਦੇ। ਅੱਛਾ, ਜਦੋਂ ਅਸੀਂ ਪਿੰਡੋਂ ਆਏ ਆ, ਗੜੇ ਦੇ ਕੰਮ ਤੇ ਆਏ ਆ, ਛਾਉਣੀ ਆਏ ਆ, ਜਲੰਧਰ ਛਾਉਣੀ। ਅੱਛਾ, ਰਾਤ ਉੱਥੇ ਰਹੇ ਆ। ਇੱਕ ਘੋੜੇ ਬਾਜ ਦਾ ਰਾਜਪੂਤ ਸੀ। ਅੱਛਾ, ਉਹਦਾ ਮੈਨੂੰ ਹੁਣ ਨਾਂ ਨੀ ਆਉਂਦਾ। ਅੱਛਾ, ਉਹ ਲਾਗੇ ਲਾਗੇ ਪਿੰਡਾਂ ਦੇ ਖਾਸ ਆਉਂਦੇ ਸੀ, ਤੇ ਉਹਦੇ ਕੋਲੋਂ ਪੜਾਉਂਦੇ ਹੁੰਦੇ ਸੀ, ਤੇ ਬਜ਼ੁਰਗ ਹੋ ਗਿਆ ਸੀ ਉਹ। ਅੱਛਾ ਅੱਛਾ ਅੱਛਾ, ਇਹ ਸਫਾਜਪੁਰ ਥਾਂ ਤੋਂ ਸੀ ਉਹ। ਮੁਸਲਮਾਨ ਸੀ ਉਹ? ਰਾਜਪੂਤ ਸੀ। ਅੱਛਾ ਅੱਛਾ, ਰਾਜਪੂਤ ਮੁਸਲਮਾਨ ਸੀਗਾ? ਹਾਂ। ਅੱਛਾ ਅੱਛਾ, ਉਹ ਸਾਡੇ ਨਾਲ ਆਇਆ। ਅੱਛਾ, ਉਹ ਆਇਆ ਤੇ ਛਾਉਣੀ ਜਿਸ ਵੇਲੇ ਆਇਆ ਨਾ ਰਾਤ ਨੂੰ ਟਰੱਕ ਚ ਬਹਿ ਕੇ, ਉੱਥੇ ਹੁਣ ਜਾਂਦੇ ਇੱਥੇ। ਅੱਛਾ,
ਛਾਉਣੀ ਫੌਤ ਹੋ ਗਿਆ, ਛਾਉਣੀ ਫੌਤ ਹੋ ਗਿਆ, ਨਾ ਸਾਨੂੰ ਲੰਬਾ ਲੱਭੇ, ਨਾ ਸਾਨੂੰ ਕਈ ਲੱਭੇ, ਨਾ ਸਾਨੂੰ ਕੋਈ ਦਾਤੀ ਲੱਭੇ, ਕਬਰ ਕਰਨਾ ਕੱਢੀਏ। ਅੱਛਾ, ਉਹ ਜਿਹੜੀਆਂ ਫੌਜ ਸੀਗੀ ਜਿਹੜੀ ਲੰਬੀ, ਉਹਨੀ ਬਰਛੀਆਂ ਦਿੱਤੀਆਂ ਇੰਨੀਆਂ ਲੋਹੇ ਦੀਆਂ, ਕੋਈ ਗਾਜ ਗਾਜ ਲੰਮੀਆਂ, ਤੇ ਉਹਨਾਂ ਦਾ ਜਿਹੜਾ ਮੂੰਹ ਸੀ ਕਿੱਥੇ ਆ ਸੀ, ਬਰਛੀਆਂ ਬਣਾਈਆਂ ਸੀ ਚਾਰ ਚਾਰ ਉਮਰਾਂ। ਅੱਛਾ, ਉਹਨਾਂ ਨਾਲ ਫਿਰ ਅਸੀਂ ਉੱਥੇ ਤੋਆ ਕੱਢਿਆ। ਅੱਛਾ, ਕਬਰ ਕੱਢੀ ਹੋਈ, ਮਾੜੀ ਮੋਟੀ ਕਬਰ ਕੱਢੀ ਹੋਣੀ ਹੈ ਨਜ਼ਾਰੇ ਲੈ ਕੇ। ਆਹੋ, ਮਾੜੀ ਮੋਟੀ। ਅੱਛਾ, ਕੋਲੇ ਕਫਨ ਪਾਇਆ। ਅੱਛਾ, ਪਾਣੀ ਨੀ ਲੱਭਾ ਸਾਨੂੰ ਨਵਾਉਣ ਨੂੰ, ਨਵਾਉਣ ਨੂੰ ਛੋਟਾ ਗੁਲਜ਼ਾਰਾ, ਗੁਲਜ਼ਾਰ ਇਹ ਬੂਟੇ ਦੇ ਮੁੰਡੇ। ਸਾਡੇ ਪਿੰਡ ਦਾ ਨਾਮ ਬਾਬੂ ਸੀ, ਬਾਬੂ ਸੀ। ਉਹਨੂੰ ਦਫਨਾਤਾ ਅੱਗੇ, ਫਿਰ ਕੀ ਉਹ ਦਫਨਾਤਾ? ਉਹ ਸਵੇਰ ਨੂੰ ਸਾਨੂੰ ਫੌਜ ਨੇ ਚੱਕਿਆ ਟਰੱਕ ਤੇ, ਉਹ ਗੜੇ ਦੇ ਕੰਮ ਚ ਗਏ, ਲੈ ਗਏ ਗੜੇ ਦੇ, ਗੜੇ ਦੇ ਕੰਮ ਚ। ਉਹ ਗੜੇ ਦੇ ਕੈਂਪ ਚ ਕਿੰਨੀ ਕੁ ਦੁਨੀਆਂ ਸੀ ਇਕੱਠੀ ਹੋਈ ਵਾ ਬਾਬਾ ਸੀ? ਉੱਥੋਂ ਉਹ ਬਹੁਤ ਲੰਮਾ ਚੌੜਾ ਸੀ। ਅੱਛਾ, ਜਦੋਂ ਅਸੀਂ ਗਏ ਆ ਤੇ ਅੱਧਾ ਕੰਮ ਉੱਠ ਕੇ ਤੇ ਚਲਾ ਗਿਆ। ਅੱਛਾ, ਅੱਧਾ ਨਾ ਜ਼ਿਆਦਾ ਚਲਾ ਗਿਆ। ਅੱਛਾ, ਉੱਥੋਂ ਚਲਾ ਗਿਆ, ਚਲਾ ਗਿਆ। ਦੋ ਸਿਪਾਹੀ ਸੀ ਗੜੇ ਦੇ ਕੈਂਪ ਚ, ਗੜੇ ਦੇ ਕੈਂਪ ਚ। ਤੇ ਕਿੰਨੀ ਕੁ ਆਵਾਮ ਸੀ ਉੱਥੇ? ਦੋ ਬਾਤ ਲੱਖਾਂ ਦੇ ਹਿਸਾਬ ਨਾਲ ਸੀ। ਅੱਛਾ, ਉੱਥੋਂ ਉਹ ਚਲੇ ਗਏ ਤੇ ਕੋਈ ਤੀਸਰਾ ਹਿੱਸਾ ਕੰਪ ਦਾ ਰਹਿ ਗਿਆ। ਅੱਛਾ, ਉਹ ਰੇਲ ਆਈ। ਅੱਛਾ ਅੱਛਾ, ਰੇਲ ਆ ਕੇ ਉਹਦੇ ਨੂੰ ਲਾਈ ਪਾਕਿਸਤਾਨ ਨੂੰ। ਰੇਲ ਜਦੋਂ ਆਈ, ਤੁਸੀਂ ਰੇਲ ਦੇ ਵਿੱਚ ਬੈਠੇ ਕਿ ਛੱਤ ਤੇ ਬੈਠੇ? ਅਸੀਂ ਕਿਸੇ ਵੀ ਨਹੀਂ ਬੈਠੇ, ਅਸੀਂ ਉੱਥੇ ਹੀ ਬੈਠੇ ਰਹੇ ਹਾਂ, ਕੈਂਪ ਚ ਬੈਠੇ ਰਹੇ, ਕੈਂਪ ਚ ਬੈਠੇ ਰਹੇ ਹਾਂ। ਅੱਛਾ, ਉਹ ਮੁੱਕ ਗਿਆ ਸੀ ਜਵਾਨ, ਉਹ ਰੇਲ ਦੇ ਉੱਤੇ ਵੀ ਚੜ ਗਏ, ਥੱਲੇ ਵੀ ਵਿੱਚ ਵੀ। ਅੱਛਾ, ਉਹ ਰੇਲ ਦੇ ਨਾਲ ਚਿੰਬੜ ਗਈ ਦੁਨੀਆ। ਅੱਛਾ, ਮੁੜ ਕੇ ਛੱਡ ਗਈ ਹੈ ਉੱਥੇ ਹੀ ਬੜੇ ਦੇ ਕੰਮ ਤੇ, ਬੇਵਾ ਲਾਸ਼ ਪਈ ਆ। ਜਿਹੜੇ ਕੈਂਪ ਚ ਲਾਸ਼ ਪਈ ਸੀ, ਬਿਮਾਰੀ ਨਾਲ ਮਰੇ ਸੀ ਲੋਕ? ਆਈ ਨਾ ਮਰੇ ਹੋਣਗੇ ਜੇ ਬਿਮਾਰੀ ਨਾ ਮਰੇ ਹੋਣਗੇ। ਫਿਰ ਜਿਹੜੇ ਚੜ ਗਏ ਟ੍ਰੇਨ ਭਰ ਗਈ, ਤੁਸੀਂ ਕੀ? ਉਹ ਚਲੇ ਗਏ। ਅੱਛਾ, ਜਿਹੜੇ ਚਲੇ ਗਏ ਤੇ ਕਾਫੀ ਦੁਨੀਆ ਰਹਿ ਗਈ। ਅੱਛਾ, ਫਿਰ ਆਏ 22 ਟਰੱਕ ਉਸ ਕੈਂਪ ਤੇ, ਉਸ ਕੈਂਪ ਚ। ਅੱਛਾ, ਉਹ ਵੀ ਚਲੇ ਗਏ। ਫਿਰ ਆਏ 14, ਉਹ ਵੀ ਚਲੇ ਗਏ। ਫਿਰ ਆਏ 8, ਉਹ ਵੀ ਚਲੇ ਗਏ। ਅੱਛਾ, ਅਸੀਂ ਰਹਿ ਗਏ ਘਰ ਕੱਲਾ ਹੀ, ਸਾਡਾ ਦੋ ਬਸ, ਬਾਕੀ ਦੁਨੀਆ ਚਲੀ ਗਈ, ਚਲੇ ਗਏ। ਫਿਰ ਉੱਥੇ ਆਇਆ ਇੱਕ ਅੰਗਰੇਜ਼। ਅੱਛਾ, ਉਹ ਆਣ ਕੇ ਦੇਖਿਆ ਤੇ ਉਹਦੀ ਕਾਰ ਇੰਨੀ ਕੁ ਬੱਟ, ਛੋਟੀ ਜਿਹੀ ਜੋ ਤਿਆਰੀਆਂ ਬਣਾਉਂਦੇ ਹੁੰਦੇ, ਉਹ ਅੜ ਗਈ। ਅੱਛਾ, ਉਹ ਅੜ ਗਈ ਤੇ ਸ਼ਾਹਦਿਲ ਮੇਰਾ ਭਰਾ ਲੱਗਾ ਤੇ ਇੱਕ ਪਾਸੇ ਰਹਿਮਾ ਲੱਗਾ, ਤੇ ਉਹਨਾਂ ਨੇ ਏਦਾਂ ਧੱਕਾ ਲਾਇਆ ਤੇ ਉਹਨੂੰ ਉਹ ਬੱਟ ਟਪਾ ਕੇ ਹੁਣ ਫਿਰ ਖੜੀ ਕਰ ਲਈ ਕਾਰ। ਅੱਛਾ, ਉਹ ਲਲੇਰਾ ਪਿੰਡ ਹੈ ਪਿਆ। ਅੱਛਾ, ਉਹ ਲਲੇਰਾ ਕਹਿੰਦਾ ਇੰਨਾ ਕੁ ਹੁੰਦਾ ਉਹ ਸਿਗਰਟ ਮੰਗਲ, ਉਹ ਅੰਗਰੇਜ਼ ਪਿੰਡ ਹੁੰਦਾ ਏਦਾਂ ਸਿਗਾਰ ਜਿਹਾ ਨੂੰ ਕਹਿੰਦੇ। ਆਹਾ, ਅੱਛਾ, ਉਹ ਪੀਂ ਗਏ ਤੇ ਉਹ ਕਹਿਣ ਲੱਗਾ ਵੀ ਉਹਨੇ ਏਦਾਂ ਝਾੜ ਮਾਰਿਆ ਸਾਡੇ ਯਾਰ, ਉਹ ਕਹਿੰਦਾ ਮੈਂ ਵੀ ਕਰਦਾ। ਉਹ ਫਿਰ ਆਇਆ ਟਰੱਕ ਚਾਰ। ਅੱਛਾ, ਜਿਹੜੇ ਸੁਗੋ ਅਸੀਂ ਅਸੀਂ ਤੁਸੀਂ ਉਹ ਟਰੱਕ ਚ ਬਹਿ ਗਏ, ਬਹਿ ਗਏ। ਉਹ ਫਿਰ ਟਰੱਕ ਆਇਆ ਜਿੱਥੇ ਲਾਲ ਲੀਗ ਬਣੀ ਗਈ ਆ, ਬਾਰਡਰ ਜਿੱਥੇ ਬਣਿਆ, ਬਾਰਡਰ ਬਣਿਆ, ਬਾਰਡਰ ਬਣਿਆ ਤੇ ਉਥੋਂ ਅੱਗੇ ਕੋਠੀ ਆ ਪਈ ਲਾਹੌਰ। ਅੱਛਾ, ਉਸ ਕੋਠੀ ਦੇ ਅੱਗੇ ਖੜਾ ਕਾਜ਼ੀ ਆਜ਼ਮ। ਅੱਛਾ, ਵਾਹ ਵਾਹ, ਉਹਨੂੰ ਫਿਰ ਸਲੂਟ ਮਾਰਿਆ ਤੁਸੀਂ? ਹਾਂ, ਟਰੱਕ ਤੋਂ ਹੀ। ਤੁਹਾਨੂੰ ਕਿੱਦਾਂ ਪਤਾ ਚੱਲਿਆ ਕਾਜ਼ੀ ਆਜ਼ਮ ਖੜਾ? ਸਾਹਮਣੇ ਖੜਾ ਸੀ। ਅੱਛਾ, ਹਾਂ, ਉਹਨੂੰ ਫਿਰ ਸਲੂਟ ਮਾਰਿਆ। ਤੁਸੀਂ ਵੇਖਿਆ ਕਾਜ਼ੀ ਆਜ਼ਮ? ਹਾਂ, ਕਿੱਦਾਂ ਦੇ ਗੁਲੀਆ ਸੀ ਕਾਜ਼ੀ ਆਜ਼ਮ? ਆ ਜਿੱਦਾਂ ਦੀ ਟੋਪੀ ਪਾਈ ਹੋਈ ਉਦਾਂ ਦਾ ਸੀ, ਜਿੱਦਾਂ ਦੀ ਨੋਟ ਤੇ ਟੋਪੀ, ਜਿੱਦਾਂ ਦੀ ਨੋਟ ਤੇ ਟੋਪੀ ਆ। ਸਹੀ ਸਹੀ, ਤੇ ਉਹ ਪਾਈ ਹੋਣੀ ਲੰਬੀ ਜੀ ਸ਼ੇਰਵਾਨੀ ਜੀ, ਹਨਾ? ਹਾਂਜੀ, ਠੀਕ ਠੀਕ। ਅੱਛਾ, ਤੁਸੀਂ ਵੇਖਿਆ ਉਹਨੂੰ ਖੜੇ? ਹਾਂਜੀ, ਇਨਸ਼ਾਅੱਲਾ ਅੱਲਾ ਵੇਖਾ। ਸਹੀ ਸਹੀ, ਫਿਰ ਅਸੀਂ ਲਾਹੌਰ ਆ ਗਏ। ਅੱਛਾ, ਉਹ ਲਾਹੌਰ ਆ ਗਏ ਤੇ ਉੱਥੋਂ ਫਿਰ ਕਿਰਾਏ ਚ ਅਸੀਂ ਉਹ ਸਾਨੂੰ
ਕੋਈ ਮਾਲ ਕਿਸੇ ਕੋਲ ਵੱਡਾ ਉਹਦੀ ਕੋਠੀ ਸਾਨੂੰ ਸੈੱਟ ਕਰ। ਅੱਛਾ, ਉਹ ਕੋਠੀ ਅਸੀਂ ਫਿਰ ਰਾਤ ਰਹੇ ਆ ਤੇ ਇਹਨੂੰ 16 ਰੁਪਈਆ ਦਿੱਤੇ ਆ ਤੇ ਅਸੀਂ ਲਾਹੌਰ ਆ ਗਏ। ਅੱਛਾ ਅੱਛਾ, ਜਿਸ ਵੇਲੇ ਲਾਹੌਰ ਆ ਗਿਆ ਤੇ ਉੱਥੇ ਸਾਨੂੰ ਕੋਈ ਮਕਾਨ ਨਾ ਦਿਸੇ, ਇੱਕ ਟੁੱਟਾ ਜਿਹਾ ਨਾ ਕਾਰਖਾਨਾ ਸੀ ਤੇ ਉਹਦੇ ਵਿੱਚ ਬਜਰੀ ਬਜਰੀ ਤੇ ਛੱਤ ਵੀ ਹੈ ਨੀ। ਅੱਛਾ, ਤੇ ਉਹ ਲੂਸਾ ਸੀ, ਸੜਿਆ ਹੋਇਆ ਸੀ, ਸੜਿਆ ਸੀ। ਅੱਛਾ, ਅੱਗ ਲਾਈ ਸੀ ਕਿਸੇ ਨੇ? ਅੱਛਾ, ਤੇ ਉੱਥੇ ਅਸੀਂ ਏਦਾਂ ਰਾਤ ਕੱਟੂ ਪਰ ਬੜੇ ਔਖੇ ਹੋ ਗਏ। ਉੱਥੋਂ ਫਿਰ ਅਸੀਂ ਆ ਗਏ ਹਾਂ 45 ਰੁਪਈਆ ਦੇ ਕੇ ਦੋ ਗੱਡਾ ਕਰਾ ਕੇ ਨਨਕਾਣੇ। ਨਨਕਾਣੇ 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 ਕਾਹਤੋਂ ਆਏ? ਕੱਲਕਾਲੇ ਰਹਿੰਦੇ ਸੀ ਬੰਦੇ ਪਹਿਲਾਂ ਉੱਥੇ? ਕੋਈ ਨੀ, ਕੱਲਕਾਲਾ ਸੀ ਨਨਕਾਣੇ ਆ ਗਏ। ਅੱਛਾ ਅੱਛਾ, ਨਨਕਾਣੇ ਆ ਗਏ। ਨਨਕਾਣਾ ਸਾਹਿਬ ਜਦੋਂ ਆਏ ਆ ਤੇ ਇੱਥੇ ਸਾਡੇ ਰਿਸ਼ਤੇਦਾਰ ਸਾਡੀ ਫੁੱਫੀ ਮਿਲੀ ਆ। ਨਨਕਾਣਾ ਵੀ ਭਰਿਆ ਪਿਆ, ਕੋਈ ਜਗ੍ਹਾ ਨੀ ਲੱਭੀ। ਅਸੀਂ ਫਿਰ ਉੱਥੋਂ ਉੱਠ ਕੇ ਗਏ, ਇੱਥੇ ਆਏ ਕਾਮਾਲੀ। ਕਾਮਾਲੀ ਸਿੱਖਾਂ ਦੀ ਕਰਾਈਆਂ ਦੀ? ਸਿੱਖਾਂ ਦੀ। ਅੱਛਾ, ਉੱਥੇ ਸਾਡਾ ਚਾਚਾ ਰਹਿੰਦਾ। ਕੀ ਨਾਂ ਸੀ ਉਹਦਾ? ਦੌਲਾ। ਦੌਲਾ, ਉਹ ਪਾਕਿਸਤਾਨ ਬਣਨ ਤੋਂ ਪਹਿਲੇ ਰਹਿੰਦਾ ਸੀ? ਪਹਿਲਾਂ ਰਹਿੰਦਾ ਸੀ। ਠੀਕ ਠੀਕ ਠੀਕ। ਤੇ ਚਾਚਾ ਭੇਖਾ ਵੀ ਰਹਿੰਦਾ ਸੀ ਉੱਥੇ? ਉਹ ਵੀ ਕਾਂ ਵਾਲੀ ਸਿੱਖਾਂ ਦੀ? ਉਹ ਧਾਮੀਆਂ ਚ ਬੜੀ ਸਿੱਖਾਂ ਵਾਲੀ ਕਾਂ ਵਾਲੀ ਧਾਮੀਆਂ ਆਬਾਦੀ ਹੈ। ਧਾਮੀਆਂ ਆਬਾਦੀ ਆ, ਉਹ ਨਾਈਆਂ ਉਹ ਧਾਮੀਆਂ ਦੋ ਆ, ਦੋ ਆਬਾਦੀਆਂ। ਇਹ ਫਿਰ ਉੱਥੇ ਵੀ ਦੇਖਿਆ ਤੇ ਉੱਥੇ ਇੱਕ ਸਾਈ ਸੀਗਾ ਲਾਲ, ਉਹਦਾ ਨਾਂ ਸੀ ਲਾਲ। ਉਹ ਨਾ ਹੈਡ ਪਾਇਆ ਤੇ ਹੋਕਾ ਮੁਸਲਮਾਨਾਂ ਚੱਕਿਆ ਤੇ ਪੀ ਗਏ। ਅੱਛਾ, ਉਹ ਚਾਚਾ ਕਹਿੰਦਾ ਤੂੰ ਕਿਸੇ ਲੰਬਰਦਾਰ ਬਣ ਗਿਆ। ਅੱਛਾ, ਹੈ ਕੋਈ ਮਕਾਨ? ਉਹ ਕਹਿੰਦਾ ਮਕਾਨ ਇੱਥੇ ਹੈ ਨੇ ਕਾਮਾਲੀ ਚ। ਅੱਛਾ, ਅਸੀਂ ਫਿਰ ਉੱਥੋਂ ਉੱਠ ਖੜੇ ਹੋਏ, ਉੱਥੋਂ ਉੱਠ ਕੇ ਤਾਂ ਅਸੀਂ ਸੱਚਾ ਕਾ ਲਏ, ਸੱਚਾ ਕਿਸੈਨੀ ਬਾਰ ਵਾਲੇ। ਅੱਛਾ, ਇੱਥੇ ਅਗਲਾ ਬਾਸੂ ਸੀਗਾ ਇੱਕ ਸਾਡੀ ਬਰਾਦਰੀ ਰੁਲੀਆ, ਉਹਦਾ ਨਾਂ ਸੀ। ਪਿੱਛੋਂ ਉਹ ਚੱਕਦਾ ਸੀ, ਚੱਕਦਾ ਨੰਦਾ ਚੌਰ ਦਾ ਲਾਗੇ ਚੱਕ ਸੀ। ਨੰਦਾ ਚੌਰ ਹੁਸ਼ਿਆਰਪੁਰ ਜੀ? ਨੰਦਾ ਚੌਰ ਸ਼ਹਿਰ ਸੀ, ਕਸਬਾ ਸੀ। ਅੱਛਾ ਅੱਛਾ, ਠੀਕ ਠੀਕ, ਕਸਬਾ ਸੀ। ਅੱਛਾ ਅੱਛਾ, ਤੇ ਉੱਥੇ ਅਸੀਂ ਉਹਦੇ ਕੋਲ ਆਏ ਹਾਂ ਤੇ ਉਹ ਕਹਿਣ ਲੱਗਾ, ਉਹ ਮਕਾਨ ਦੇ ਅੱਛਾ ਤੱਕ ਭੇੜਾ ਗਿਆ। ਅੱਛਾ, ਮਗਰਾ ਭੇੜਾ ਗਿਆ, ਫਿਰ ਅਸੀਂ ਉੱਥੋਂ ਉੱਠ ਕੇ ਆ ਗਏ। ਇੰਡੀਆ ਚ ਆਏ ਨਾ ਇੱਥੇ, ਉਹਦਾ ਪੁੱਤ ਸੀ ਇੱਕ ਫਕੀਰ, ਫੁੱਫੜ ਦਾ ਨਾਮ ਮਹਤਾਬ ਸੀ। ਮਹਤਾਬ ਸੀ, ਇਹ ਆਪਣਾ ਜਿਹੜਾ ਤੁਸੀਂ ਜਦੋਂ ਟਰੱਕ ਆਇਆ ਤੁਹਾਡਾ ਉੱਥੋਂ ਇੰਡੀਆ ਚੋਂ ਚੱਲ ਕੇ, ਰਸਤੇ ਕੋਲ ਤੁਹਾਨੂੰ ਹਮਲਾ ਤਾਂ ਨਹੀਂ ਹੋਇਆ? ਨਹੀਂ, ਸਾਨੂੰ ਬਹੁਤ ਫੌਜੀ ਸੀ, ਤੁਹਾਨੂੰ ਕਿਸੇ ਲੜੇ ਵੀ ਨਹੀਂ ਲੱਗੇ? ਨਹੀਂ, ਸਾਡੇ ਲੱਗ ਗਏ, ਅਸੀਂ ਕੋਈ ਬੰਦਾ ਨਹੀਂ ਦੇਖਿਆ। ਅੱਛਾ ਅੱਛਾ, ਫਿਰ ਤੁਸੀਂ ਅੱਠ ਚੱਕ ਆ ਗਏ ਆ? ਹਾਂਜੀ, ਇੱਥੇ ਰਹਿਣ ਦੇ ਜਦੋਂ ਅੱਠ ਚੱਕ ਇਹ ਜਿਹੜੇ ਆ ਸਾਡੇ ਵੱਡੇ ਕਦੋਂ ਆਏ ਜਦੋਂ ਜਿਹੜੇ ਅਸੀਂ ਗਏ ਆਪਣਾ ਬੰਦ ਹੋਣੀ ਸਾਰੇ ਇਹ ਕੰਮ ਤੇ ਨਹੀਂ ਸਾਨੂੰ ਮਿਲੇ? ਅੱਛਾ, ਇਹ ਪਤਾ ਨਹੀਂ ਕਿਹੜੇ ਕੰਮ ਤੇ ਆਏ। ਅੱਛਾ ਅੱਛਾ, ਲੇਕਿਨ ਪਿੰਡ ਬੈਠੇ ਸੀ ਜਦੋਂ ਤੁਸੀਂ ਆਏ? ਹਾਂ ਹਾਂ। ਅੱਛਾ, ਇਹ ਫਿਰ ਜਦੋਂ ਸਾਨੂੰ ਮਿਲੇ ਆ ਅਸੀਂ ਕਹਿ ਚਲੋ ਇੱਥੇ, ਉਹ ਇੱਕ ਸਾਨੂੰ ਚਾਚੇ ਨੂੰ ਜਗ੍ਹਾ ਲੱਭ ਗਈ ਇੱਥੇ, ਉਹ ਨਜ਼ੀਰ ਉਹਨਾਂ ਦੀ ਮਾਂ ਸੀ ਫਾਤਮਾ, ਬਾਪ ਦਾ ਨਾਂ ਉਹਦਾ ਰਮਜਾਨ, ਉਹ ਵੀ ਸਾਡੇ ਹੱਥ ਦੇ ਵਿੱਚ ਹੀ ਰਹੇ, ਉਹ ਹੈ ਉਹ ਵੀ ਰਹਿੰਦੇ ਸੀ। ਉਹ ਦੋ ਮਕਾਨ ਸੀਗੇ, ਉਹ ਉਹਨਾਂ ਨੂੰ ਦੇ ਗਏ ਰਾਈਆਂ ਨੂੰ, ਭਗਪੁਰੀਆਂ ਨੂੰ, ਬਹੁਪੁਰੀਆਂ ਨੂੰ, ਉਹਨੇ ਢਾ ਕੇ ਉਹ ਕੰਧ ਅੱਗੇ ਹੋਈ ਸੀ, ਇਧਰਲਾ ਦਰਵਾਜ਼ਾ ਜਿਹੜਾ ਸੀ ਉਹਨੇ ਅੰਦਰ ਲਾ ਤਾ, ਫਿਰ ਦਰਵਾਜ਼ਾ ਬੰਦ ਕਰ ਲਿਆ, ਅਸੀਂ ਫਿਰ ਬੈਠੇ ਗਏ ਇੱਥੇ। ਤੁਸੀਂ ਇੱਥੇ ਨਾਲੇ ਬੈਗ ਬੰਦ ਕੇ ਲਾਗੇ ਸਾਡੇ, ਇਹ ਸਾਡੇ ਲਾਗੇ ਦੇ ਸੀ, ਅਸੀਂ ਇਹਨਾਂ ਦੇ ਕੋਲ ਲੈ ਗਏ, ਅਸੀਂ ਨਹੀਂ ਫਿਰ ਕਿਸੇ ਪਾਸੇ ਲੈ, ਤੁਸੀਂ ਫਿਰ ਇਕੱਠੇ ਰਹੇ, ਇਕੱਠੇ ਹੀ ਰਹੇ। ਲੋ ਦੋਸਤੋ, ਅਸੀਂ ਬਜ਼ੁਰਗ ਗੁਲਾਮ ਮੁਹੰਮਦ ਸਾਹਿਬ ਜਿਹੜੇ ਕਿ ਇਸ ਟਾਈਮ ਪਿੰਡ ਅੱਠ ਚੱਕ ਤਹਿਸੀਲ ਵੀ ਨਨਕਾਣਾ ਦੇ ਜ਼ਿਲ੍ਹਾ ਵੀ ਨਨਕਾਣਾ ਸਾਹਿਬ ਜੀ ਬੈਠੇ ਨੇ, ਇਹਨਾਂ ਦਾ ਪਿਛਲਾ ਪਿੰਡ ਸੀ ਬਾਬਰ,
ਜਿਹੜਾ ਕਿ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਚ ਸੀਗਾ ਉੱਥੋਂ ਹਿਜਰਤ ਕਰਕੇ ਪਾਕਿਸਤਾਨ ਤੱਕ ਪਹੁੰਚੇ ਆ ਇਹਨਾਂ ਦੀ ਤੁਸੀਂ 1947 ਦੀ ਆਪ ਬੀਤੀ ਸੁਣੀ ਕਹਾਣੀ ਸੁਣੀ ਔਰ ਅਸੀਂ ਇਹ ਕਹਾਣੀ ਤੁਹਾਡੇ ਰੂਪ ਵਿੱਚ ਪੇਸ਼ ਕੀਤੀ ਇਹ ਬਜ਼ੁਰਗ ਸਾਡੇ ਕੌਮੀ ਹੀਰੋ ਨੇ ਇਹਨਾਂ ਨੇ ਪਾਕਿਸਤਾਨ ਵਾਸਤੇ ਕੁਰਬਾਨੀਆਂ ਘਰ ਬੂਹਾ ਛੱਡਿਆ ਵਾ ਔਰ ਇੱਕ ਆਜ਼ਾਦ ਕਿੱਤਾ ਸਾਨੂੰ ਲੈ ਕੇ ਦਿੱਤਾ ਇਹ ਸਾਡੇ ਕੌਮੀ ਹੀਰੋ ਨੇ ਅਸੀਂ ਇਹਨਾਂ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਦੇ ਹਾਂ ਅਤੇ ਨਾਲੇ ਇਹ ਬਜ਼ੁਰਗ ਸਾਡੇ ਪਿੰਡ ਦੇ ਨੇ ਜੀ ਅਤੇ ਇਸ ਸਾਨੂੰ ਹੁਣ ਇਜਾਜ਼ਤ ਦਿਓ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ ਜਿਉਂਦੇ ਵਾਸਤੇ ਰੋਜ਼ ਮੈਂ ਤੁਹਾਡੀਆਂ